अस्सलाम वालेकुम। बनने लगी है ये कढ़ी, जिसके लिए एक प्याली हमारा बेसन है, एक प्याली हमारी दही की है, लहसुन अदरक टमाटर प्याज प्याज क्योंकि एक प्याली हमारी ये छोटी वाली है दही की और बेसन। सबसे पहले प्याजों को करूँगी फ्राई में। दही में अच्छी तरह मैं करांगी मिक्स। इस पा देंगे एक प्याली पानी की क्योंकि दही अच्छी तरह मिक्स हो जाए, फिर ये बेसन पावे। अभी बेसन च पा लेंगे, बेसन को घोल लेंगे अच्छी तरह, अच्छी तरह खोलेंगे बेसन में, गुठलियाँ वगैरह ना बनाए। प्याज साढ़े फ्राई होंगे पे एक प्याली पाई है घ्यो की, तो एक प्याली में पाई है ओगी। बेसन की तो एक प्याली थी साड़ी दही, तीन चीज़ा से सेम नहीं है। प्याज साढ़े फ्राई होंगे पे दही मिक्स कर ली अच्छी तरह, बेसन मिक्स करांगी। बेसन मिक्स हो गया, इस बाद आई हूँ मैं टमाटर। ਥੋੜ੍ਹਾ ਜਿਹਾ ਲਗਾਵਾਂਗੇ ਇੱਥੇ ਪਾਣੀ ਦਾ ਛਿਲਕਾ, ਅਤੇ ਫਿਰ ਪਾਵਾਂਗੇ ਅਸੀਂ ਮਿਰਚ ਨੂੰ ਪਾ ਲਿਆ। ਇਹ ਵੀ ਮਿਕਸ ਹੋ ਗਿਆ, ਇੱਕ ਚਮਚ ਪਾਵਾਂਗੀ ਮੈਂ ਸਿਰਪ ਮੇਰੇ ਸੀਗਾ, ਇੱਕ ਚਮਚ ਪਾਵਾਂਗੀ ਮੈਂ ਹਲਦੀ ਕਿਉਂਕਿ ਹਲਦੀ ਇੱਕ ਸਿਰਪ ਹੁੰਦੀ ਹੈ, ਅਤੇ ਇੱਕ ਚਮਚ ਪਾਵਾਂਗੀ ਮੈਂ ਇੱਥੇ ਨਮਕ। ਮਸਾਲਾ ਬਣਾਵਾਂਗੇ ਹੁਣ, ਲਸਣ ਅਦਰਕ ਦਾ ਪੇਸਟ ਪਾਉਂਗੀ ਵਿੱਚ, ਮਸਾਲਾ ਅੱਛੀ ਤਰ੍ਹਾਂ ਸਾਰਾ ਮਿਕਸ ਹੋ ਜਾਵੇ ਸਾਰਾ। ਮਸਾਲੇ ਨੂੰ ਚੰਗੀ ਤਰ੍ਹਾਂ ਮੈਂ ਘੁੰਮਾਂਗੀ, ਅੱਛੀ ਤਰ੍ਹਾਂ ਨਹੀਂ ਕਰ ਲਾਂਗੇ ਤਿਆਰ, ਫਿਰ ਇਹ 'ਚ ਪਾਵਾਂਗੇ ਅਸੀਂ। ਅਜੇ ਆਪਣਾ ਮਿਕਸਚਰ ਤਿਆਰ ਕੀਤਾ, ਇਹ ਪਾ ਲਾਂਗੇ ਦੀ ਬਰਕਤ। ਇਹ ਪਾ ਦਾਂਗੇ ਅਸੀਂ ਇਹਦੇ ਵਿੱਚ ਕੜੀ ਪਾਉਂਦੇ, ਇਹਨੂੰ ਥੋੜ੍ਹਾ ਜਿਹਾ ਹਿਲਾ ਦਾਂਗੇ, ਫਿਰ ਰੱਖ ਦਾਂਗੇ ਅਸੀਂ ਇਹਨੂੰ ਲੱਕੜੀ ਵਾਲੀ 'ਤੇ, ਲੱਕੜੀਆਂ ਜਲਾ ਕੇ ਰੱਖ ਦਾਂਗੇ।
ਕੜੀ ਪਕੌੜਾ ਬਹੁਤ ਹੀ ਮਜ਼ੇਦਾਰ ਟੇਸਟੀ ਬਣੇਗਾ ਸਾਡਾ। ਪਾਣੀ ਡਾਲ ਦਿੱਤਾ, ਬਰਤਨ ਮੇਰਾ ਹੁਣ ਛੋਟਾ ਹੋ ਗਿਆ, ਇਹਨੂੰ ਪੱਕਣ ਦੇ। ਪਕਾਵਾਂਗੇ ਚੰਗੀ ਤਰ੍ਹਾਂ। ਅਸੀਂ ਚੇਂਜ ਕਰ ਲਿਆ, ਛੋਟਾ ਬਰਤਨ ਸੀ, ਕੜੀ ਸਾਡੀ ਪੱਕਣ ਲੱਗ ਗਈ ਹੈ। ਰੱਖ ਦਾਂਗੇ ਕਿਉਂਕਿ ਖੁੱਲ੍ਹੇ ਬਰਤਨ 'ਚ ਪਾਤਾ ਸੀ। ਜ਼ੀਰੇ ਦਾ ਲਗਾਵਾਂਗੇ ਤੜਕਾ ਆਪਣੀ ਕੜੀ ਨੂੰ। ਘਿਓ ਪੱਕਣਾ ਰੱਖ ਦਿੱਤਾ ਅਤੇ ਜ਼ੀਰਾ ਪਾਵਾਂਗੇ ਅਸੀਂ। ਕੜੀ ਤਿਆਰ ਹੋ ਗਈ ਹੈ, ਹੁਣ ਅਸੀਂ ਬਣਾਵਾਂਗੇ ਪਕੌੜੇ। ਇੱਕ ਆਲੂ ਤੇ ਇੱਕ ਪਿਆਜ਼ ਕੜੀ ਵਾਸਤੇ ਇਹ ਬਣਨ ਲੱਗਿਆ ਜੀ। ਧਨੀਆ ਪਾਇਆ ਸਭ, ਇੱਕ ਪਿਆਜ਼, ਇੱਕ ਆਲੂ ਤੇ ਹਾਫ ਸਪੂਨ ਨਮਕ ਤੇ ਹਾਫ ਸਪੂਨ ਜ਼ੀਰਾ ਤੇ ਹਾਫ ਸਪੂਨ ਸੁੱਕਾ ਧਨੀਆ ਤੇ ਹਾਫ ਸਪੂਨ ਹੀ ਸੁਰਖ ਮਿਰਚ। ਇਹ ਘੀ ਵੀ ਸਾਡਾ ਗਰਮ ਹੋ ਗਿਆ ਤੇ ਹੁਣ ਅਸੀਂ ਇਹ 'ਚ ਪਾਵਾਂਗੇ ਆਪਣੇ ਛੋਟੇ ਛੋਟੇ ਪਕੌੜੇ, ਛੋਟੇ ਛੋਟੇ ਪਕੌੜੇ। ਪਕੌੜੇ ਤਿਆਰ ਹੋ ਗਏ ਨੇ, ਨਿਕਾਲ ਲਾਂਗੇ ਤੇ ਸਿੱਟਾਂਗੇ ਆਪਣੀ ਕੜੀ 'ਚ, ਪਾਵਾਂਗੇ। ਪਿਆਜ਼ ਵਾਲੇ ਅਸੀਂ ਪਕੌੜੇ ਬਣਾਏ ਕੜੀ 'ਚ ਪਾਉਣ ਵਾਸਤੇ। ਹੁਣ ਅਸੀਂ ਫਿਰ ਪਾ ਲਾਂਗੇ ਕੜੀ। ਦੇਖੋ ਮਾਸ਼ਾਅੱਲਾ ਸਾਡੀ ਕੜੀ ਵਿੱਚ ਪਾ ਦਾਂਗੇ ਪਕੌੜੇ। ਸਾਰੇ ਪਕੌੜੇ ਅੰਦਰ ਪਾ ਦਾਂਗੇ ਅਸੀਂ। ਮਾਸ਼ਾਅੱਲਾ ਕੜੀ ਬਣ ਕੇ ਸਾਡੀ ਤਿਆਰ ਹੋ ਗਈ ਹੈ, ਬਹੁਤ ਹੀ ਮਜ਼ੇ ਦੀ ਕੜੀ ਬਣੀ ਹੈ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਅੱਛੀ ਲੱਗੇਗੀ। ਅਗਰ ਅੱਛੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹੁਣ ਦੋ ਸਾਨੂੰ ਇਜਾਜ਼ਤ, ਮਿਲਾਂਗੇ ਇਨਸ਼ਾਅੱਲਾ ਕੱਲ੍ਹ। ਖੁਦਾ ਹਾਫਿਜ਼।